ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ Delhi Punjab Weather ਤੇ ਤੇ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੱਡੀ ਖਬਰ ਇਸ ਵੇਲੇ ਦੀ ਵੱਡੀ ਖਬਰ ਜੀ ਪੰਜਾਬ ਦੇ ਮੌਸਮ ਨੂੰ ਲੈ ਕੇ ਆ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਵੱਡੀ ਰਾਹਤ ਇਸ ਦਿਨ ਪਵੇਗਾ ਭਾਰੀ ਵੀ ਹੋ ਜੋ ਤਿਆਰ ਪੰਜਾਬ ਵਾਲਿਓ ਬਹੁਤ ਹੀ ਵੱਡੀ ਖਬਰ ਹੈ ਮੌਸਮ ਨੂੰ ਲੈ ਕੇ ਸਰੋਤੇ ਵੀਰ ਨੂੰ ਵੀਡੀਓ ਨਾਲ ਅੰਤ ਤੱਕ ਜਰੂਰ ਜੁੜੇ ਰਹਿਣਾ ਤਾਂ ਜੋ ਤੁਹਾਨੂੰ ਵੀ ਆਪਣੇ ਇਲਾਕੇ ਦੇ ਮੌਸਮ ਦੀ ਪੂਰੀ ਜਾਣਕਾਰੀ ਪਤਾ ਲੱਗ ਸਕੇ ਤੇ ਜਿੰਨਾ ਵੀ ਰਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਜੋ ਇਸੇ ਤਰ੍ਹਾਂ ਦੀ ਮੌਸਮ ਦੇ ਸਬੰਧਿਤ ਤੇ ਜਾਫਰ ਹੋਰ ਵੀ ਵੱਡੀ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਬੁੱਧਵਾਰ ਤੋਂ ਤਿੰਨ ਦਿਨ ਗਰਮੀ ਪਰੇਸ਼ਾਨ ਕਰ ਸਕਦੀ ਹੈ ਭਾਰਤੀ ਮੌਸਮ ਭਾਗ ਨੇ ਸੂਬੇ ਦੇ ਵਿੱਚ 11 ਤੋਂ ਲੈ ਕੇ 13 ਮਈ ਤੱਕ ਚੱਲਣ ਵਾਲੇ ਲੂਸਬੰਦੀ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਪਰ ਰਾਹਤ ਵਾਲੀ ਖਬਰ ਇਹ ਹੈ ਕਿ ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਐਕਟੀਵੇਟ ਹੋਣ ਨਾਲ ਮੌਸਮ ਦੇ ਵਿੱਚ ਬਦਲਾਅ ਆਵੇਗਾ ਤੇ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਭਾਰਤੀ ਮੌਸਮ ਭਾਗ ਦੇ ਦੇਸ਼ ਦੀ ਰਾਜਧਾਨੀ ਦਿੱਲੀ ਐਨਸੀਆਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਇਸ ਹਫਤੇ 3 ਦਿਨਾਂ ਤੱਕ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ IMD ਮੁਤਾਬਕ 13 ਮਈ ਤੋਂ ਬਾਅਦ ਮੌਸਮ ਦੇ ਵਿੱਚ ਬਦਲਾਅ ਹੋ ਸਕਦਾ ਹੈ ਮੌਸਮ ਭਾਗ ਦੇ ਵਿਗਿਆਨੀ ਅਨੁਸਾਰ ਹੁਣ ਤੱਕ ਮਈ ਮਹੀਨੇ ਦੇ ਵਿੱਚ ਲੂ ਦੀਆਂ ਗਰਭ ਹਵਾਵਾਂ ਦਾ ਬਹੁਤ ਸਾਹਮਣਾ ਨਹੀਂ ਕਰਨਾ ਪਿਆ ਅਨੁਮਾਨ ਹੈ ਕਿ 13 ਮਈ ਤੱਕ ਲੂ ਚੱਲ ਸਕਦੀ ਹੈ ਤੇ ਤਾਪਮਾਨ 44 ਡਿਗਰੀ ਤੱਕ ਪਹੁੰਚ ਸਕਦਾ ਹੈ ਮੌਸਮ ਭਾਗ ਦੇ ਵਿਗਿਆਨੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਜਿਵੇਂ ਕਿ ਦਿੱਲੀ ਐਨਸੀਆਰ ਪੰਜਾਬ ਹਰਿਆਣਾ ਅਤੇ ਯੂਪੀ ਦੇ ਵਿੱਚ ਮਈ ਮਹੀਨੇ ਚ ਹੀਟ ਵੇਵ ਦੇ ਹਾਲਾਤ ਨਹੀਂ ਹਨ Rajasthan ਦੇ ਵਿੱਚ ਤਾਪਮਾਨ 44 ਅਤੇ 45 ਡਿਗਰੀ ਦੇ ਆਸ-ਪਾਸ ਜਾਰੀ ਰਹੇਗਾ ਉਹਨਾਂ ਨੇ ਮੁਤਾਬਕ ਉਹਨਾਂ ਦੇ ਮੁਤਾਬਕ 13 ਮਈ ਨੂੰ ਵੈਸਟਰਨ ਡਿਸਟਰਬੈਂਸ ਦੇ ਨੇੜੇ ਆਉਣ ਕਾਰਨ ਦਿੱਲੀ ਹਰਿਆਣਾ ਤੇ ਪੰਜਾਬ ਨੂੰ ਵਾਧੇ ਤਾਪਮਾਨ ਚ ਕੁਝ ਰਾਹਤ ਮਿਲ ਸਕਦੀ ਹੈ ਲੂ ਨਹੀਂ ਚੱਲੇਗੀ ਤੇ ਤਾਪਮਾਨ ਡਿੱਗਣਾ ਸ਼ੁਰੂ ਹੋਵੇਗਾ ਮੌਨਸੂਨ ਵੀ ਸਮੇਂ ਤੋਂ ਪਹਿਲਾਂ ਹੀ ਭਾਰਤ ਪਹੁੰਚੇਗਾ ਜਿਸ ਨਾਲ ਮੌਸਮ ਦਾ ਮੀਜ਼ਾ ਜਲਦ ਹੀ ਬਦਲੇਗਾ ਮੌਸਮ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੱਛਮੀ ਗੜਬੜੀ 13 ਮਈ ਤੋਂ ਅੱਗੇ ਵੱਧ ਰਹੀ ਹੈ ਹਾਲਾਂਕਿ ਇਸ ਗੜਬੜੀ ਦੇ ਕਾਰਨ ਮੀਂਹ ਨਹੀਂ ਪਵੇਗਾ ਪਰ તાਪਮਾਨ ਥੋੜਾ ਹੇਠਾਂ ਆ ਜਾਵੇਗਾ ਇਸੇ ਤਰ੍ਹਾਂ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਤਾਪਮਾਨ ਦੇ ਵਿੱਚ ਗਰਮੀ ਤੋਂ ਕੁਝ ਰਾਹਤ ਮਿਲੇਗੀ ਇੱਕ ਹੋਰ ਵੈਸਟਰਨ ਡਿਸਟਰਬੈਂਸ 18 ਮਈ ਦੇ ਆਸ-ਪਾਸ ਅੱਗੇ ਵਧਣ ਦੀ ਤਿਆਰੀ ਕਰ ਰਿਹਾ ਹੈ